ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਅਕਾਲੀ ਦਲ ਚ ਵਧਿਆ ਅੰਦਰੂਨੀ ਕਲੇਸ਼ ਅੰਦਰ ਲੀਆਂ ਗੱਲਾਂ ਆਉਣ ਲੱਗੀਆਂ ਬਾਹਰ ਅਮਰਿਤਪਾਲ ਦੇ ਰਾਹ ਦੀ ਫਰਜ਼ੀ ਚਿੱਠੀ ਵਾਇਰਲ ਅਮਰਿਤਪਾਲ ਦੇ ਹੋਰ ਸਾਥੀ ਵੀ ਹੁਣ ਪੰਜਾਬ ਚ ਲੜਨਗੇ ਚੋਣ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿੱਚ ਯੋਗਾ ਕਰਨ ਵਾਲੀ ਲੜਕੀ ਨਹੀਂ ਹੋਈ ਪੁਲਸ ਅੱਗੇ ਪੇਸ਼ ਕਿਸਾਨਾਂ ਵੱਲੋਂ ਲਾਡੋਵਾਲ ਟੋਲ ਪਲਾਜ਼ਾ ਮੁਕੰਮਲ ਬੰਦ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਅਕਾਲੀ ਦਲ ਦੀ ਅਕਾਲੀ ਦਲ ਦਾ ਜਿਹੜਾ ਅੰਦਰੂਨੀ ਕਲੇਸ਼ ਹੈ ਹੁਣ ਇਹ ਬਾਹਰ ਵੱਧ ਰਿਹਾ ਹੈ ਅਤੇ ਇਹਦੇ ਵਿੱਚ ਅੰਦਲੀਆਂ ਗੱਲਾਂ ਬਾਹਰ ਨਿਕਲ ਕੇ ਆਉਣ ਲੱਗ ਪਈਆਂ ਨੇ ਪਾਰਟੀ ਦਾ ਇੱਕ ਧੜਾ ਸੁਖਵੀਰ ਬਾਦਲ ਦੀ ਪ੍ਰਧਾਨਗੀ ਮੰਨ ਰਿਹਾ ਹੈ ਤੇ ਇੱਕ ਉਹਨਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਰਿਹਾ ਹੈ। ਇੱਕ ਕਹਿੰਦਾ ਕਿ ਇਹ ਸਾਨੂੰ ਪ੍ਰਧਾਨ ਚਾਹੀਦਾ ਨਹੀਂ ਤੇ ਦੂਸਰਾ ਧੜਾ ਕਹਿੰਦਾ ਕਿ ਅਸੀਂ ਸੁਖਵੀਰ ਦੇ ਨਾਲ ਛਟਾਂ ਰੰਗ ਖੜੇ ਆਂ। ਇਹ ਕਲੇਸ਼ ਇੰਨਾ ਵੱਧ ਗਿਆ ਹੈ ਕਿ ਪਾਰਟੀ ਦੇ ਆਗੂ ਇੱਕ ਦੂਸਰੇ ਦੇ ਖਿਲਾਫ ਹੁਣ ਨਿੱਜੀ ਗੱਲਾਂ ਉਜਾਗਰ ਕਰਨ ਲੱਗ ਪਏ ਐ। ਸੁਖਵੀਰ ਦੇ ਪੱਖ ਦੇ ਲੀਡਰਾਂ ਦਾ ਕਹਿਣਾ ਹੈ ਕਿ ਦੂਜੇ ਧੜੇ ਵਾਲੇ ਅਹੁਦਿਆਂ ਦੀ ਭੁੱਖ ਹੈ। ਜਦਕਿ ਇਹਨਾਂ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਸੁਖਬੀਰ ਦੀ ਨਜ਼ਦੀਕੀ ਟੋਲੀ ਸਾਡੇ ਗੱਲ ਹੈ ਜਿਹੜੀ ਉਹ ਅੱਗੇ ਰੱਖਣ ਨਹੀਂ ਦਿੰਦੀ ਅਤੇ ਸਾਡੇ ਵਿਚਾਰ ਅਤੇ ਸੁਝਾਵਾਂ ਤੇ ਅਮਲ ਵੀ ਸੁਖਬੀਰ ਨੂੰ ਕਰਨੀ ਦਿੰਦੀ। ਇਸ ਸੰਕਟ ਲਈ ਬਾਦਲ ਪਰਿਵਾਰ ਭਾਜਪਾ ਨੂੰ ਵੀ ਜ਼ਿੰਮੇਵਾਰ ਠਹਿਰਾ ਰਿਹਾ ਹੈ। ਤੇ ਹੁਣ ਫਤਿਹਗੜ ਸਾਹਿਬ 'ਚ ਜ਼ਿਲ੍ਹਾ ਜਥੇਬੰਦੀ ਨੇ ਮੀਟਿੰਗ ਕੀਤੀ। ਮੀਟਿੰਗ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੋਂ ਮੰਗ ਕੀਤੀ ਹੈ ਕਿ ਬਾਗੀਆਂ ਨੂੰ ਹੁਣ ਪਾਰਟੀ 'ਚ ਰੱਖਿਆ ਨਾ ਜਾਵੇ ਸਗੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇ। ਇਹਦੇ ਤੋਂ ਇਲਾਵਾ ਸੁਖਬੀਰ ਦੇ ਸਮਰਥਨ ਦੇ ਵਿੱਚ ਇੱਕ ਪ੍ਰਸਤਾਵ ਵੀ ਪਾਸ ਕੀਤਾ ਗਿਆ ਹੈ। ਅਕਾਲੀ ਦਲ ਦੇ ਵਿੱਚ ਆਪਸੀ ਖੈ ਬਾਜ਼ੀ ਦੇ ਕਾਰਨ ਦੋਵੇਂ ਧੜੇ ਦਿਨੋਂ-ਦਿਨ ਇੱਕ ਦੂਸਰੇ ਦੇ ਖਿਲਾਫ ਮੀਟਿੰਗਾਂ ਵਧਾ ਰਹੇ ਨੇ। ਫਤਿਹਗੜ੍ਹ ਸਾਹਿਬ 'ਚ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ 'ਚ ਇਹ ਮੀਟਿੰਗ ਕੀਤੀ ਗਈ ਹੈ। ਜਿਸ ਤੇ ਵਿੱਚ ਜ਼ਿਲ੍ਹਾ ਇਕਾਈ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਅਤੇ ਅਲਾਰਮੀ ਕਰ ਦਿੱਤਾ ਹੈ। ਕਿ ਉਹ ਤਾਂ ਸੁਖਬੀਰ ਬਾਦਲ ਦੇ ਨਾਲ ਖੜੇ ਨੇ ਝਿੰਜਰ ਨੇ ਇਥੋਂ ਤੱਕ ਦੱਸਿਆ ਕਿ ਇਹਦੇ ਨਾਲ ਹੀ ਉਹਨਾਂ ਵੱਲੋਂ ਇੱਕ ਮਤਾ ਵੀ ਪਾਸ ਕਰ ਦਿੱਤਾ ਗਿਆ ਅਤੇ ਪਾਰਟੀ ਤੋਂ ਮੰਗ ਕਰ ਲਈ ਗਈ ਹੈ ਕਿ ਜਿਹੜਾ ਵੀ ਪਾਰਟੀ ਦਾ ਆਗੂ ਕੋਈ ਪਾਰਟੀ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਉਹਨਾਂ ਨੂੰ ਪਾਰਟੀ ਵਿੱਚ ਰੱਖਿਆ ਨਾ ਜਾਵੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਅਤੇ ਮੁੜ ਕੇ ਕਦੇ ਵੀ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਸ਼ਾਮਲ ਵੀ ਨਾ ਕੀਤਾ ਜਾਵੇ ਫਤਿਹਗੜ੍ਹ ਸਾਹਿਬ 'ਚ ਅਕਾਲੀ ਦਲ ਦੀ ਜਿਹੜੀ ਅੰਦਰਲੀ ਅੰਦਰੂਨੀ ਫੁੱਟ ਸੀ ਪਾਰਟੀ ਨੂੰ ਕਾਫੀ ਸਮੇਂ ਤੋਂ ਪਹਿਲਾਂ ਜਿਸ ਨੇ ਕਮਜ਼ور ਵੀ ਕੀਤਾ ਹੋਇਆ ਹੈ ਉਹ ਖੁੱਲ ਕੇ ਬਾਹਰ ਵੀ ਆਈ ਹੈ ਸਾਹਮਣੇ ਵੀ ਆਈ ਹੈ ਕਿਉਂਕਿ ਪੰਥਕ ਹਲਕਾ ਕਿਸ ਸਮੇਂ ਅਕਾਲੀ ਦਲ ਦਾ ਗੜ ਸੀ ਅਤੇ ਅੱਜ ਉਹਨਾਂ ਨੂੰ ਪਾਰਟੀ ਨੂੰ ਆਪਣੇ ਹੀ ਲੋਕਾਂ ਤੋਂ ਬਚਾਉਣ ਵਾਸਤੇ ਚੁਣੌਤੀ ਬਣਿਆ ਹੋਇਆ ਹੈ ਸੁਖਵੀਰ ਦੀ ਹਮੈਤ ਦੇ ਵਿੱਚ ਮੀਟਿੰਗ ਦੇ ਵਿੱਚ ਇਸ ਜ਼ਿਲ੍ਹੇ ਦੇ ਕਈ ਅਕਾਲੀ ਆਗੂ ਨਜ਼ਰ ਨਹੀਂ ਆਏ ਗਾਇਬ ਰਹੇ ਹੈ ਇਹਨਾਂ ਵਿੱਚੋਂ ਕਈ ਆਗੂ ਪ੍ਰੇਮ ਸਿੰਘ ਚੰਦੂ ਬਾਜਰਾ ਦੇ ਕਰੀਬੀ ਦੱਸੇ ਜਾਂਦੇ ਆ ਸ਼ਾਇਦ ਉਹ ਤਾਂ ਕਰਕੇ ਇਸ ਮੀਟਿੰਗ ਤੋਂ ਨਜ਼ਾਰਦ ਰਹੇ ਐ ਤੇ ਦੂਸਰੇ ਪਾਸੇ ਅਕਾਲੀ ਦਲ ਦਾ ਜਿਹੜਾ ਬਾਗੀ ਧੜਾ ਉਹਨਾਂ ਦੇ ਵੱਲੋਂ ਵੀ ਪਾਰਟੀ ਦੇ ਅੰਦਰ ਸੁਧਾਰ ਨੂੰ ਲੈ ਕੇ ਮੋਰਚਾ ਖੋਲਿਆ ਜਾ ਰਿਹਾ ਹੈ ਅਤੇ ਲਗਾਤਾਰ ਹੱਲਾ ਬੋਲਿਆ ਜਾ ਰਿਹਾ ਹੈ ਤੇ ਵੱਡੇ ਬਦਲਾਅ ਦੀ ਮੰਗ ਕੀਤੀ ਜਾ ਰਹੀ ਹੈ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਗੁਰਪ੍ਰਤਾਪ ਸਿੰਘ ਵਡਾਲਾ ਉਹਨਾਂ ਨੇ ਮੁਰ ਤੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਵੱਡੇ ਬਦਲਾਅ ਦੀ ਲੋੜ ਹੈ। ਇਹਦੇ ਨਾਲ ਹੀ ਕਿਹਾ ਕਿ ਪਾਰਟੀ ਦੇ ਵਿੱਚ ਇਹ ਯਕੀਨੀ ਬਣਾਇਆ ਜਾਵੇ ਕਿ ਜ਼ਿਲ੍ਹਾ ਪ੍ਰਧਾਨ ਦੀ ਚੋਣ ਨਹੀਂ ਲੜੇਗੀ। ਇਹਦੇ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀ ਕਾਰਜ ਸ਼ੈਲੀ ਦੇ ਵਿੱਚ ਵੀ ਉਹਨਾਂ ਨੇ ਆਖਿਆ ਕਿ ਵੱਡੇ ਬਦਲਾਅ ਦੀ ਲੋੜ ਹੈ। ਉਹਨਾਂ ਨੇ ਇਹ ਵੀ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਸਿਆਸੀ ਧਾਕਰ ਅੰਦਾਜ਼ੀ ਵੀ ਬੰਦ ਹੋਣੀ ਚਾਹੀਦੀ ਹੈ। ਇਹਦੇ ਤੋਂ ਇਲਾਵਾ ਕਮੇਟੀ ਦੇ ਅਦਾਰਿਆਂ ਦੇ ਵਿੱਚ ਸਿਆਸੀ ਲੋਕਾਂ ਦੀਆਂ ਨਿਯੁਕਤੀਆਂ ਵੀ ਨਾ ਕੀਤੀਆਂ ਜਾਣ। ਬਦਨਾਮ ਲੋਕ ਆ ਜਿਹੜੇ ਉਹਨਾਂ ਨੂੰ ਪਾਰਟੀ ਤੋਂ ਦੂਰ ਰੱਖਿਆ ਜਾਵੇ ਅਤੇ ਸਾਫਤ ਸੂਰਤ ਅਕਾਲੀ ਦਲ ਦੇ ਅਹੁਦੇਦਾਰ ਹੋਣੇ ਚਾਹੀਦੇ ਐ। ਇੱਕ ਹੋਰ ਬਾਗੀ ਆਗੂ ਨੇ ਕਿਹਾ ਕਿ ਥੋੜੇ ਇੱਕ ਦਿਨ ਰੁਕੋ। ਉਹਨਾਂ ਦੇ ਕੁਝ ਨੇਤਾ ਸਾਡੇ ਵਾਲਾ ਦੇਖਣ ਨੂੰ ਤੁਹਾਨੂੰ ਮਿਲ ਜਾਣਗੇ ਜਿਹੜੇ ਇਸ ਵਕਤ ਸੁਖਵੀਰ ਵਾਲੇ ਧੜੇ ਵਿੱਚ ਨੇ। ਦੂਸਰੇ ਪਾਸੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਪਾਰਟੀ ਕੋਰ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਸਰਨਾ ਨੇ ਇਹਨੂੰ ਬਗਾਵਤ ਹੈ ਜਿਹੜੀ ਇਹਨੂੰ ਆਪਰੇਸ਼ਨ ਲੋਟਸ ਘਰਾੜ ਦਿੰਦਾ ਹੈ ਇਸੇ ਤਰ੍ਹਾਂ ਹਰਸਿਮਰਤ ਕੌਰ ਬਾਦਲ ਨੇ ਬਾਕੀਆਂ ਨੂੰ ਭਾਜਪਾ ਦੀਆਂ ਕਾਥੇ ਤੱਕ ਕੱਠ ਪੁਤਲੀਆਂ ਘਰਾੜ ਦਿੰਦਾ ਹੈ ਅੱਜ 1 ਜੁਲਾਈ ਨੂੰ ਪਾਰਟੀ ਦਾ ਬਾਗੀ ਤੜਾ ਸ਼੍ਰੀ ਅਕਾਲ ਤਖਤ ਸਭ ਤੇ ਮੱਥਾ ਟੇਕ ਕੇ ਪੁਰਾਣੀਆਂ ਗਲਤੀਆਂ ਲਈ ਮੁਆਫੀ ਮੰਗਣ ਜਾ ਰਿਹਾ ਹੈ ਇਹਦੇ ਤੋਂ ਬਾਅਦ ਬਾਗੀ ਧੜੇ ਵੱਲੋਂ ਨਵਾਂ ਅਕਾਲੀ ਦਲ ਬਣਾਉਣ ਦੀ ਪੂਰੀ ਪੂਰੀ ਸੰਭਾਵਨਾ ਹੈ ਇਸ ਸਬੰਧੀ ਸਿੱਧੇ ਤੌਰ ਤੇ ਭਾਵੇਂ ਹਾਲੇ ਕੋਈ ਵੀ ਆਗੂ ਖੁੱਲ ਕੇ ਬੋਲਣ ਲਈ ਤਿਆਰ ਨਹੀਂ ਹੈ ਜਿੱਥੇ ਇੱਕ ਪਾਸੇ ਬਾਗੀ ਆਗੂਆਂ ਦੇ ਬਾਗੀ ਹੋਣ ਦਾ ਕਾਰਨ ਝੁੰਡਾ ਕਮੇਟੀ ਹੈ ਉੱਥੇ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਦਾ ਇਹ ਕਹਿਣਾ ਹੈ ਕਿ ਅਸਲ ਦੇ ਵਿੱਚ ਹਾਥੀ ਦੇ ਦੰਦ ਖਾਣਦੇ ਹੋਰ ਹੈ ਅਤੇ ਦਿਖਾਉਣ ਦੇ ਹੋਰ ਹੈ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਤੋਂ ਬਾਗੀ ਹੋਏ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬੜਾ ਕੁਝ ਦਿੱਤਾ ਹੈ ਪਰ ਇਹ ਲੋਕ ਪਰਿਵਾਰਵਾਦ ਨੂੰ ਉਤਸ਼ਾਹਤ ਕਰ ਰਹੇ ਐ ਇਹਦੇ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਦੇ ਪਰਿਵਾਰ ਅਤੇ ਰਣਜੀਤ ਸਿੰਘ ਬਰੰਪੁਰਾ ਉਹਨਾਂ ਨੇ ਅਕਾਲੀ ਦਲ ਤੋਂ ਵੱਖਰਾ ਹੋ ਕੇ ਆਪੋ ਆਪਣਾ ਧੜਾ ਬਣਾਇਆ ਸੀ ਹਾਲਾਂਕਿ ਉਹ ਕਹਿੰਦੇ ਸੁਖਵੀਰ ਬਾਦਲ ਉਹਨਾਂ ਨੇ ਆਪਣੀ ਪਾਰਟੀ ਤੇ ਮੁੜ ਪਕੜ ਬਣਾਈ ਅਤੇ ਉਹਨੂੰ ਪਕੜ ਬਣਾ ਕੇ ਰੱਖਣ ਦੇ ਵਿੱਚ ਉਹ ਲਗਾਤਾਰ ਕਾਮਯਾਬੀ ਹੋਏ ਦੋਵਾਂ ਨੂੰ ਵਾਪਸ ਲਿਆਉਣ ਦੇ ਵਿੱਚ ਵੀ ਉਹ ਸਫਲ ਹੋਏ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਰੰਪੁਰਾ ਅਕਾਲੀ ਦਲ ਵਿੱਚ ਵਾਪਸ ਆਏ ਜਦ ਕਿ ਢੀਂਡ ਸਾਹਿਬ ਇਸ ਵਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਆਪਣਾ ਭੰਗ ਕਰਕੇ ਮੋੜ ਇਹਦੇ ਵਿੱਚ ਸ਼ਾਮਲ ਹੋ ਗਏ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਫਕਾ ਪ੍ਰਧਾਨ ਤੇ ਸਾਫਕਾ ਵ代ਕਾ ਬੀਬੀ ਜਗੀਰ ਕੌਰ ਨੂੰ ਵੀ ਮਨਾ ਲਿਆ ਗਿਆ ਸੀ। ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਦੇ ਵੱਲੋਂ ਕੌਮ ਤੋਂ ਮੁਆਫੀ ਮੰਗਣ ਦਾ ਤਰੀਕਾ ਵੀ ਬਿਲਕੁਲ ਸਹੀ ਨਹੀਂ ਸੀ। ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਫਰਿਆਦ ਕਰਨੀ ਪੈਂਦੀ ਹੈ। ਮੁਆਫੀ ਮੰਗਣ ਲਈ ਇੱਕ ਸਿਧਾਂਤ ਹੈ ਇੱਕ ਵਿਧੀ ਵਿਧਾਨ ਹੈ ਪਹਿਲਾਂ ਚਿੱਠੀ ਲਿਖ ਕੇ ਭੇਜਣੀ ਪੈਂਦੀ ਹੈ ਕਿ ਅਸੀਂ ਤੁਹਾਡੇ ਕੋਲੋਂ ਮੁਆਫੀ ਮੰਗਣੀ ਹੈ ਫਿਰ ਸਮਾ ਮੰਗਿਆ ਜਾਂਦਾ ਹੈ ਪੰਥ ਸਿੰਘ ਸਹਿਬਾਨਾ ਵੱਲੋਂ ਵਿਚਾਰ ਕੀਤੀ ਜਾਂਦੀ ਹੈ ਇਕੱਠੇ ਹੋਇਆ ਜਾਂਦਾ ਹੈ ਵਿਚਾਰ ਕਰਨ ਤੋਂ ਬਾਅਦ ਕਿੰਨਾ ਕੁ ਦੋਸ਼ ਪਾਇਆ ਜਾਂਦਾ ਉਸ ਮੁਤਾਬਕ ਫਿਰ ਸੇਵਾ ਜਾਂ ਤਨਖਾਹ ਤੈਅ ਕੀਤੀ ਜਾਂਦੀ ਹੈ ਦੂਜੇ ਪਾਸੇ ਅਕਾਲੀ ਦਲ ਦੇ ਬੁਲਾਰੀ ਅਰਸ਼ਦੀਪ ਸਿੰਘ ਕਲੇਰ ਦਾ ਕਹਿਣਾ ਹੈ ਕਿ ਸਿਕੰਦਰ ਸਿੰਘ ਮਲੂਕਾ ਆਪਣੇ ਪਰਿਵਾਰ ਲਈ ਅਸਲ 'ਚ ਟਿਕਟ ਮੰਗਦੇ ਸੀ ਜਦੋਂ ਉਹ ਉਹਨਾਂ ਨੂੰ ਟਿਕਟ ਨਾ ਦਿੱਤੀ ਗਈ ਤਾਂ ਉਹਨਾਂ ਦੀ ਨੂੰ ਪਰਮਪਾਲ ਕੌਰ ਮਲੂਕਾ ਨੇ ਭਾਜਪਾ ਦੇ ਵਿੱਚ ਸ਼ਮੂਲੀਅਤ ਕੀਤੀ ਉਹਨਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਉਹ ਵੀ ਭਾਜਪਾ ਦੇ ਵਿੱਚ ਸ਼ਾਮਲ ਹੋਏ ਉਹਨਾਂ ਨੂੰ ਇਹਨਾਂ ਦੁੱਖ ਕਹਿੰਦੇ ਇਸ ਕਰਕੇ ਨਹੀਂ ਸੀ ਕਿ ਉਹਨਾਂ ਨੂੰ ਟਿਕਟ ਨਹੀਂ ਮਿਲੀ ਪਰ ਉਹਨਾਂ ਨੂੰ ਇਹ ਦੁੱਖ ਜ਼ਰੂਰ ਸੀ ਕਿ ਚੰਦੂ ਮਾਜਰਾ ਪਰਿਵਾਰ ਨੂੰ ਟਿਕਟ ਮਿਲ ਗਈ ਹੈ ਇਹਦੇ ਤੋਂ ਇਲਾਵਾ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਚਰਨਜੀਤ ਸਿੰਘ ਬਰਾੜ ਨੂੰ ਵੀ ਅਸਲ ਦੇ ਵਿੱਚ ਟਿਕਟ ਨਾ ਮਿਲੀ। ਉਹਨਾਂ ਨੂੰ ਵੀ ਇਸ ਕੱਲ ਦਾ ਦੁੱਖ ਜ਼ਿਆਦਾ ਸੀ ਕਿ ਉਹਨਾਂ ਤੋਂ ਯੂਨੀਅਰ ਨੇਤਾ ਨੂੰ ਟਿਕਟ ਮਿਲ ਗਈ। ਅਸਲ ਦੇ ਵਿੱਚ ਉਹਨਾਂ ਤੋਂ ਕਹਿੰਦੇ ਇਹ ਬਰਦਾਸ਼ਤ ਨਹੀਂ ਹੋ ਸਕਿਆ। ਇਸੇ ਤਰ੍ਹਾਂ ਕਹਿੰਦੇ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਨਹੀਂ ਮਿਲੀ। ਢੀਂਡਸਾ ਪਰਿਵਾਰ ਬਾਦਲ ਪਰਿਵਾਰ ਦੇ ਫਿਰ ਵਿਰੋਧ ਹੋ ਗਿਆ। ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਲਾਹ ਕਰ ਰਹੇ। ਹਰਚਰਨ ਸਿੰਘ ਬੈਂਸ ਦਾ ਕਹਿਣਾ ਹੈ ਕਿ ਬਾਗੀ ਦਸਣ ਕਿ ਜਿਹੜੇ ਪਰਿਵਾਰਵਾਦ ਦਾ ਦੋਸ਼ ਲਾ ਰਹੇ ਨੇ ਬਾਦਲ ਪਰਿਵਾਰ ਦੇ ਉੱਪਰ ਹੀ ਦੋਸ਼ ਲਾ ਰਹੇ ਨੇ ਕਿ ਉਹ ਆਪਣਾ ਪਰਿਵਾਰਵਾਦ ਨਹੀਂ ਚਲਾ ਰਹੇ ਸੀ ਇਹ ਸਭ ਭੰਡਣ ਲਈ ਆਪਣੇ ਵੱਲੇ ਪੈਦਾ ਕੀਤੇ ਹੋਏ ਕੁਝ ਕਿਰਾਂ ਦੇ ਫਿਕਰੇ ਐ ਅਸਲ ਦੇ ਵਿੱਚ ਉਹ ਕਹਿੰਦੇ ਅੰਦਰੂਨੀ ਕਹਾਣੀ ਕੋਈ ਹੋਰ ਹੈ ਇਹਨਾਂ ਨੂੰ ਪਾਰਟੀ ਦੀ ਨਹੀਂ ਸਗੋ ਆਪਣੀ ਫਿਕਰ ਹੈ ਸੁਖਬੀਰ ਬਾਦਲ ਦੇ ਉਸीडी ਰਹੇ ਚਰਨਜੀਤ ਸਿੰਘ ਵਰਾੜ ਦਾ ਕਹਿਣਾ ਹੈ ਕਿ ਮੇਰੇ ਵੱਲੋਂ ਸਮੇਂ ਸਮੇ ਤੇ ਪਾਰਟੀ ਨੂੰ ਸੁਝਾਅ ਦਿੱਤੇ ਗਏ ਪਰ ਉਹਨਾਂ ਤੇ ਅਮਲੀ ਨਹੀਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਦੇ ਕੁਝ ਸਲਾਹਕਾਰ ਪਾਰਟੀ ਦੇ ਦਰਅਸਲ ਥਾਣੇਦਾਰ ਬਣੇ ਬੈਠੇ ਆ। ਉਹਨਾਂ ਕਿਹਾ ਕਿ ਮੈਨੂੰ ਬਦਨਾਮ ਕਰਨ ਦੇ ਨਾਲ ਪਾਰਟੀ ਮਜ਼ਬੂਤ ਨਹੀਂ ਹੋਏਗੀ। ਹੁਣ ਵੱਖ-ਵੱਖ رائے ਰੱਖਦੇ ਆ ਤੇ ਇਹ ਕਾਟੋ ਕਲੇਸ਼ ਅੰਦਰਲਾ ਹੁਣ ਬਾਹਰ ਆਉਣ ਲੱਗ ਪਏ ਇੱਕ ਦੂਸਰੇ ਦੇ ਪੋਤੜੇ ਫਰੋਲੇ ਜਾਣ ਲੱਗ ਪਏ ਆ। ਪ੍ਰੇਮ ਸਿੰਘ ਚੰਦੂ ਮਾਜਣਾ ਤਾਂ ਇੱਥੋਂ ਤੱਕ ਆਖ ਦਿੰਦਾ ਹੈ ਕਿ ਅਸਲ ਦੇ ਵਿੱਚ ਸੁਖਵੀਰ ਬਾਦਲ ਪ੍ਰਧਾਨ ਮੰਤਰੀ ਮੋਦੀ ਨਾਲ ਮੀਟਿੰਗ ਇਕੱਲੇ ਕਰਨਗੇ ਤੇ ਲੇਲੜੀਆਂ ਤੱਕ ਕੱਡੀਆਂ ਗਈਆਂ ਜਦੋਂ ਕਿ ਸੁਖਬੀਰ ਬਾਦਲ ਨੇ ਉਨ੍ਹਾਂ ਦਾ ਤੜਾਕਾ ਕਹਿੰਦਾ ਕਿ ਅਸੀਂ ਸਦਾ ਹੱਥ ਦੇ ਕਾਰਨ ਸਮਝੌਤਾ ਨਹੀਂ ਕੀਤਾ ਹੁਣ ਗੱਲ ਕਰਦੇ ਆ ਅਮਰਿਤਪਾਲ ਸਿੰਘ ਦੀ ਜਾਣਕਾਰੀ ਮਿਲੀ ਹੈ ਕਿ ਅਮਰਿਤਪਾਲ ਸਿੰਘ ਦੇ ਨਾਂ ਦੀ ਇੱਕ ਚਿੱਠੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਇਹਦੇ ਵਿੱਚ ਅਮਰਿਤਪਾਲ ਦਾ ਨਾਮ ਲਿਖਿਆ ਹੋਇਆ ਸੀ ਅਤੇ ਲੋਕ ਸਭਾ ਸਪੀਕਰ ਨੂੰ ਸੌ ਚੋਕਣ ਦੀ ਜੇਲ੍ਹ ਦੇ ਵਿੱਚੋਂ ਰਿਹਾ ਕਰਨ ਦੀ ਮੰਗ ਕੀਤੀ ਹੋਈ ਹੈ ਪਰ ਅਮਰਿਤਪਾਲ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਹੁਣ ਇਸ ਚਿੱਠੀ ਦੇ ਬਾਬਤ ਇੱਕ ਸਪਸ਼ਟੀਕਰਨ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਸ ਨੇ ਕਿਹਾ ਕਿ ਇਹ ਚਿੱਠੀ ਪੂਰੀ ਤਰ੍ਹਾਂ ਫਰਜ਼ੀ ਹੈ ਇਹਦੇ ਵਿੱਚ ਇਹ ਜਾਂਚ ਦਾ ਵਿਸ਼ਾ ਹੋਣ ਗਿਆ ਹੁਣ ਕਿ ਇਹ ਚਿੱਠੀ ਫਿਰ ਕਿਸ ਨੇ ਲਿਖੀ ਕਿਉਂ ਵਾਇਰਲ ਹੋਈ ਮਿਲੀ ਜਾਣਕਾਰੀ ਦੇ ਅਨੁਸਾਰ ਅਮਰਿਤਪਾਲ ਦੇ ਵੱਲੋਂ ਸਵੇਰ ਵਕਤ ਇਸ ਪੱਤਰ ਸੰਬੰਧੀ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਇਸ ਪੱਤਰ ਦੀ ਕਾਪੀ ਉਦੇ ਉੱਤੇ ਫੇਕ ਪਾਵ ਜਾਲੀ ਲਿਖਿਆ ਗਿਆ ਕਿ ਇਹ ਉਹਨਾਂ ਦੀ ਨਹੀਂ ਹੈ ਜਿਸ ਦੇ ਵਿੱਚ ਲਿਖਿਆ ਹੋਇਆ ਸੀ ਕਿ ਅਮਰਿਤਪਾਲ ਸਿੰਘ ਖਾਲਸਾ ਦੇ ਨਾਂ ਦੀ ਇੱਕ ਫਰਜ਼ੀ ਚਿੱਠੀ ਸੋਸ਼ਲ ਮੀਡੀਆ ਤੇ ਫੈਲਾਈ ਜਾ ਰਹੀ ਹੈ ਪੋਸਟ ਵਿੱਚ ਇਹ ਵੀ ਲਿਖਿਆ ਗਿਆ ਕਿ ਚਿੱਠੀ ਦੇ ਵਿੱਚ ਸਪੀਕਰ ਸਾਹਿਬ ਨੂੰ ਭਾਈ ਅਮਰਿਤਪਾਲ ਸਿੰਘ ਨੂੰ ਦਿੱਲੀ ਵਿੱਚ ਸੌਂ ਚੁਕਵਾਏ ਜਾਣ ਦੀ ਬੇਨਤੀ ਕੀਤੀ ਗਈ ਹੈ ਸਿੱਖ ਸੰਗਤ ਇਸ ਝੂਠ ਤੋਂ آگਾ ਰਹੇ ਐਸਾ ਕੋਈ ਵੀ ਪੱਤਰ ਭਾਈ ਅਮਰਿਤਪਾਲ ਸਿੰਘ ਵੱਲੋਂ ਇਸ ਨੂੰ ਵੀ ਨਹੀਂ ਲਿਖਿਆ ਗਿਆ ਇਹ ਝੂਠਾ ਪੱਤਰ ਵੀ ਪਿਛਲੇ ਡੇਢ ਸਾਲ ਤੋਂ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਕਿਰਦਾਰ ਨੂੰ ਢਾਹ ਲਾਉਣ ਦੇ ਮਾੜੇ ਇਰਾਦਿਆਂ ਦੀ ਹੀ ਇੱਕ ਕੜੀ ਦੱਸਿਆ ਗਿਆ ਸਮਾਂ ਆਉਣ ਤੇ ਉਹਦੇ ਚ ਲਿਖਿਆ ਗਿਆ ਕਿ ਅਜਹੀਆਂ ਮਾੜੀਆਂ ਕਾਰਵਾਈਆਂ ਲਈ ਜਿਹੜੇ ਜ਼ਿੰਮੇਵਾਰ ਵਿਅਕਤੀ ਹੋਣਗੇ ਉਹਨਾਂ ਦੇ ਨਾਮ ਸਿੱਖ ਸੰਗਤ ਦੇ ਸਾਹਮਣੇ ਰੱਖ ਦਿੱਤੇ ਜਾਣਗੇ ਹੁਣ ਅੰਮ੍ਰਿਤਪਾਲ ਸਿੰਘ ਤਾਂ ਚੋਣ ਜਿੱਤ ਗਿਆ ਸੌ ਚੁੱਕਣੀ ਹਲੇ ਬਾਕੀ ਹੈ ਹੁਣ ਉਹਦੇ ਤੋਂ ਬਾਅਦ ਸ਼ਾਇਦ ਉਹਨਾਂ ਦੇ ਸਾਥੀਆਂ ਨੂੰ ਜਾਂ ਕੁਝ ਉਹਨਾਂ ਦੇਲੇ ਸਮਰਥਕ ਨੇ ਉਹਨੂੰ ਲੱਗਣ ਲੱਗ ਪਿਆ ਕਿ ਸ਼ਾਇਦ ਇਹ ਸਾਰੀ ਚੋਣ ਲੜਨ ਵੀ ਅਤੇ ਚੋਣ ਜਿੱਤਣ ਵੀ ਹੁਣ ਉਹਨਾਂ ਦੇ ਸਾਥੀ ਵੀ ਇੱਕ ਇੱਕ ਕਰਕੇ ਚੋਣ ਲੜਨ ਦਾ ਐਲਾਨ ਕਰ ਰਹੇ ਨੇ ਇਹਨਾਂ ਸਾਰਿਆਂ ਤੇ ਐਨਐਸਏ ਲੱਗੀ ਹੋਈ ਹੈ ਤੇ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਇਸ ਵਕਤ ਦੇ ਬੰਦ ਨੇ ਅਮਰਪਾਲ ਦੇ ਸਾਥੀਆਂ ਦੇ ਵਿੱਚੋਂ ਦਲਜੀਤ ਸਿੰਘ ਕਲਸੀ ਅਤੇ ਕੁਲਵੰਤ ਸਿੰਘ ਰਾਉ ਕੇ ਵੀ ਹੁਣ ਚੋਣੋ ਲੜਨ ਦਾ ਐਲਾਨ ਕਰ ਰਹੇ ਹੈ ਇਹਨਾਂ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਹੈ ਤਾਂ ਇਹਨਾਂ ਦਾ ਇੱਕ ਹੋਰ ਸਾਥੀ ਹੈ ਪ੍ਰਧਾਨ ਮੰਤਰੀ ਬਾਜੇਕੇ ਉਹ ਵੀ ਚੋਣ ਲੜਨ ਦਾ ਐਲਾਨ ਕਰ ਚੁੱਕਿਆ ਹੈ ਜਾਣਕਾਰੀ ਅਨੁਸਾਰ ਅਮਰਿਤਪਾਲ ਦੇ ਇਹ ਸਾਥੀ ਜਿਨ੍ਹਾਂ ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਦਲਜੀਤ ਸਿੰਘ ਕਲਸੀ ਉਹਨਾਂ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਉਹਨਾਂ ਦਾ ਹਲਕਾ ਜਿਹੜਾ ਖਾਲੀ ਹੋਇਆ ਉੱਥੋਂ ਚੋਣ ਲੜਨ ਦਾ ਐਲਾਨ ਕੀਤਾ ਇਸੇ ਤਰ੍ਹਾਂ ਸਾਬਕਾ ਕੈਬਨਟ ਮੰਤਰੀ ਮੀਤ ਹਿਆਰ ਜਿੱਥੋਂ ਅਸਤੀਫਾ ਦੇ ਗਏ ਪਾ ਬਰਨਾਲਾ ਉਹ ਹਲਕਾ ਖਾਲੀ ਹੋ ਗਿਆ ਕਲਵੰਤ ਸਿੰਘ ਰਾਉਕੇ ਬਰਨਾਲਾ ਤੋਂ ਚੋਣ ਮદાન ਚ ਨਿਤਰਣ ਗਈ ਇਹਨਾਂ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਹੈ ਕਿ ਭਗਵਾਨ ਸਿੰਘ ਉਰਫ ਪ੍ਰਧਾਨ ਮੰਤਰੀ ਉਹਨਾਂ ਦੇ ਉਹਨਾਂ ਦੇ ਪੁੱਤਰ ਨੇ ਦਰਸਲ ਇੱਕ ਵੀਡੀਓ ਸੋਣ ਇਹਦੇ ਰਾਈ ਉਹਨਾਂ ਦੇ ਚੋਣ ਲੜਨ ਦਾ ਐਲਾਨ ਕੀਤਾ ਸੀ ਕਿ ਉਹ ਗਿੱਦੜ ਵਾਹਾ ਤੋਂ ਚੋਣ ਲੜਨਗੇ ਕਿਉਂਕਿ ਗਿੱਦੜ ਵਾਹਾ ਤੋਂ ਕਾਂਗਰਸ ਦੇ ਪ੍ਰદાન ਰਾਜਾ ਵੜਿੰਗ ਲੁਧਿਆਣਾ ਤੋਂ ਸੰਸਦ ਮੈਂਬਰ ਚੁਣੇ ਗਏ ਸੀ ਅਤੇ ਇਹ ਹਲਕਾ ਵੀ ਖਾਲੀ ਹੋ ਗਿਆ ਸੀ ਬਾਜੇ ਕੇ ਇਹਨਾਂ ਸਾਰਿਆਂ ਵਿੱਚੋਂ ਪਹਿਲੇ ਵਿਅਕਤੀ ਨੇ ਜਿਨ੍ਹਾਂ ਨੇ ਅਮਰਿਤਪਾਲ ਸਿੰਘ ਤੋਂ ਬਾਅਦ ਚੋਣ ਲੜਨ ਦਾ ਜਾਂ ਉਪ ਚੋਣ ਲੜਨ ਦਾ ਐਲਾਨ ਕੀਤਾ ਸੀ ਤੇ ਹੁਣ ਗੱਲ ਕਰਦੇ ਆਂ ਪੰਜ ਕਕਾਰਾਂ ਦੀ ਇਹ ਬੀਤੇ ਕੁਝ ਦਿਨ ਤੋਂ ਲਗਾਤਾਰ ਇਸ ਤਰ੍ਹਾਂ ਦੀਆਂ ਖਬਰਾਂ ਮਿਲ ਰਹੀਆਂ ਨੇ ਇਹ ਵੀ ਜਿਹੜੀ ਜਾਣਕਾਰੀ ਹੈ ਮਿਲੀ ਹੈ ਕਿ ਰਾਜਸਥਾਨ ਦੇ ਵਿੱਚ ਕਕਾਰ ਉਤਾਰਨ ਦਾ ਇੱਕ ਹੋਰ ਮਾਮਲਾ ਜਿੱਥੇ ਇੱਕ ਗੁਰਸਿੱਖ ਲੜਕੀ ਨੂੰ ਕਿਰਪਾਨ ਪਹਿਨਣ ਕਰਕੇ ਪ੍ਰੀਖਿਆ ਦੇ ਵਿੱਚ ਨਹੀਂ ਬੈਠਣ ਦਿੱਤਾ ਗਿਆ ਮਿਲੀ ਜਾਣਕਾਰੀ ਦੇ ਅਨੁਸਾਰ ਗੁਰਸਿੱਖ ਲੜਕੀ ਅੰਬਾਲਾ ਛੌਣੀ ਦੀ ਰਹਿਣ ਵਾਲੀ ਹੈ ਉਸ ਦਾ ਨਾਮ ਲਖਵਿੰਦਰ ਕੌਰ ਦੱਸਿਆ ਜਾ ਰਿਹਾ ਹੈ ਅਤੇ ਉਹ ਰਿਆਤ ਕਾਲਜ ਆਫ ਲਾ ਰੂਪਨਗਰ ਦੇ ਵਿੱਚ ਸਹਾਇਕ ਪ੍ਰੋਫੈਸਰ ਵੀ ਹੈ ਲਖਵਿੰਦਰ ਕੌਰ ਨੇ ਦੱਸਿਆ ਕਿ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੀ ਐਚ ਡੀ ਇਸ ਵਕਤ ਕਰ ਰਹੀ ਹੈ ਅਤੇ ਇਹ ਉਸ ਦਾ ਅੰਤਮ ਸਾਲ ਹੈ ਉਹ ਜੁਡੀਸ਼ਰੀ ਦੀ ਪ੍ਰੀਖਿਆ ਦੀ ਵੀ ਤਿਆਰੀ ਕਰ ਰਹੀ ਸੀ ਤੇ ਪਿਛਲੇ ਹਫਤੇ ਉਹਦੀ ਰਾਜਸਥਾਨ ਜਿਹੜੀ ਜੁਡੀਸ਼ਰੀ ਪ੍ਰੀਖਿਆ ਸੀ ਜਿਹੜੀ 23 ਜੂਨ ਨੂੰ ਸੀ ਜਿਸ ਦਾ ਕੇਂਦਰ ਜੋਧਪੁਰ ਦੇ ਵਿੱਚ ਸੀ ਉਸ ਸਮੇਂ ਉਹ ਸਬੰਧਤ ਕੇਂਦਰ ਦੇ ਵਿੱਚ ਪ੍ਰੀਖਿਆ ਦੇਣ ਦੇ ਵਾਸਤੇ ਪਹੁੰਚੀ ਜਦੋਂ ਉਹ ਪ੍ਰੀਖਿਆ ਕੇਂਦਰ ਦੇ ਵਿੱਚ ਦਾਖਲ ਹੋਣ ਲਈ ਲਾਈਨ ਦੇ ਵਿੱਚ ਖੜੀ ਹੋਈ ਸੀ ਤਾਂ ਉਸ ਨੂੰ ਆਪਣਾ ਕੜਾ ਅਤੇ ਨਾਲ ਹੀ ਕਿਰਪਾਨ ਉਤਾਰਨ ਵਾਸਤੇ ਉੱਥੇ ਹੁਕਮ ਦਿੱਤਾ ਗਿਆ ਲਖਵਿੰਦਰ ਕੌਰ ਨੇ ਦੱਸਿਆ ਕਿ ਉਹਨੇ ਪੰਜ ਕਕਾਰਾਂ ਦੇ ਬਾਰੇ ਸੀਨੀਅਰ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਤੇ ਪਰ ਉਹਨਾਂ ਨੂੰ ਫਿਰ ਵੀ ਸੈਂਟਰ ਦੇ ਵਿੱਚ ਬੈਠਣ ਤੋਂ ਰੋਕ ਦਿੱਤਾ ਗਿਆ ਜਦੋਂ ਉਹਨੇ ਸਮਝਾਇਆ ਕਿ ਧਾਰਾ 25 ਹੈ ਸਾਡੇ ਆਪਣੇ ਸੰਵਿਧਾਨ ਦੇ ਵਿੱਚ ਹੈ ਅਤੇ ਉਹ ਸਾਨੂੰ ਸੰਵਿਧਾਨਕ ਅਧਿਕਾਰ ਦਿੰਦੀ ਹੈ ਉਹ ਕਹਿੰਦੀ ਇਹਦੇ باوجود ਵੀ ਉਹਨਾਂ ਨੇ ਉਹਨੂੰ ਪ੍ਰੀਖਿਆ ਕੇਂਦਰ ਦੇ ਵਿੱਚ ਬਿਠਾਉਣ ਤੋਂ ਇਨਕਾਰ ਕਰ ਦਿੱਤਾ ਲਖਵਿੰਦਰ ਕੌਰ ਨੇ ਦੱਸਿਆ ਕਿ ਭਵਿੱਖ ਲਈ ਇਹ ਸਮੁੱਦੇ ਨੂੰ ਉਠਾਉਣਾ ਬਹੁਤ ਲਾਜ਼ਮੀ ਹੈ ਇਹਦਾ ਹੱਲ ਲੱਭਣਾ ਵੀ ਬਹੁਤ ਲਾਜ਼ਮੀ ਹੈ ਤਾਂ ਜੋ ਕੁਝ ਉਹਦੇ ਨਾਲ ਵਾਪਰ ਚੁੱਕਿਆ ਭਵਿੱਖ ਵਿੱਚ ਕਿਸੇ ਹੋਰ ਨਾਲ ਇਹ ਨਾ ਵਾਪਰੇ ਇਸ ਇਮਤਿਹਾਨ ਤੋਂ ਪਹਿਲਾਂ ਉਨੇ ਦੂਸਰੇ ਰਾਜਾਂ ਅਤੇ ਰਾਜਸਥਾਨ ਦੇ ਵਿੱਚ ਵੀ ਪ੍ਰੀਖਿਆਵਾਂ ਮੈਂ ਦਿੱਤੀਆਂ ਸੀ ਪਰ ਕਹਿੰਦੀ ਇਸ ਵਾਰ ਉਸ ਨੂੰ ਪ੍ਰੀਖਿਆ ਦੇਣ ਤੋਂ ਰੋਕਿਆ ਗਿਆ ਪਹਿਲਾਂ ਕਦੇ ਨਹੀਂ ਸੀ ਰੋਕਿਆ ਗਿਆ ਇਹਦੇ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਹੈ ਕਿ ਇੱਕ ਹੋ ਗੁਰਸਿੱਖ ਲੜਕੀ ਜਿਹੜੀ ਇੱਕ ਵਕੀਲ ਹੈ ਅਰਮਨ ਜੋਤਕੌਰ ਉਸ ਨੂੰ ਵੀ ਕਿਰਪਾਨ ਸਮੇਤ ਅਦਾਲਤੀ ਪ੍ਰੀਖਿਆ ਦੇ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣਾ ਵਿਰੋਧ ਪ੍ਰਗਟਾਇਆ ਸੀ ਉਹਨਾਂ ਨੇ ਵੀ ਆਖਿਆ ਸੀ ਕਿ ਭਾਰਤ ਦੇ ਸੰਵਿਧਾਨ ਅਨੁਸਾਰ ਸਿੱਖਾਂ ਨੂੰ ਕਿਰਪਾਰ ਪਹਿਨਣ ਦਾ ਪੂਰਾ ਪੂਰਾ ਅਧਿਕਾਰ ਹੈ ਅਤੇ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਕੋਈ ਵੀ ਅੰਮ੍ਰਿਤਧਾਰੀ ਸਿੱਖ ਜਾਂ ਸਿੱਖਣੀ ਆਪਣੇ ਸਰੀਰ ਤੋਂ ਪੰਜ ਕਕਾਰਾਂ ਨੂੰ ਵੱਖ ਨਹੀਂ ਕਰ ਸਕਦਾ ਜਾਂ ਨਹੀਂ ਕਰ ਸਕਦੀ ਹੁਣ ਗੱਲ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਯੋਗਾਗਰਲ ਯੋਗਾ ਕਰਨ ਵਾਲੀ ਲੜਕੀ ਦੀ ਗੁਜਰਾਤ ਦੇ ਵੜੋਦਰਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਯੋਗਾ ਕਰਨ ਵਾਲੀ ਲੜਕੀ ਜਿਸ ਦਾ ਨਾਮ ਹੈ ਅਰਚਨਾ ਮਕਵਾਨਾ ਐਤਵਾਰ ਵਾਲੇ ਦਿਨ ਉਸਨੇ ਕੋਤਵਾਲੀ ਥਾਣੇ 'ਚ ਪੁਲਿਸ ਦੇ ਸਾਹਮਣੇ ਪੇਸ਼ ਹੋਣਾ ਸੀ ਕੁਝ ਦਿਨ ਪਹਿਲਾਂ ਕਿਉਂਕਿ ਪੁਲਿਸ ਨੇ ਅਰਚਨਾ ਨੂੰ ਸੱਮਨ ਭੇਜੇ ਸੀ ਅਤੇ ਸੱਮਨ ਭੇਜ ਕੇ ਬਿਆਦਗੀ ਦੇ ਦੋਸ਼ ਦੇ ਵਿੱਚ ਦਰਜ ਐਫ ਆਈ ਆਰ ਦੇ ਵਿੱਚ ਆਪਣਾ ਪੱਖ ਪੇਸ਼ ਕਰਨ ਵਾਸਤੇ ਉਹਨੂੰ ਸਦਿਆ ਸੀ ਪਰ ਜਾਣਕਾਰੀ ਅਨੁਸਾਰ ਅਰਚਨਾ ਨੇ ਪੁਲਿਸ ਨੂੰ ਅਪੀਲ ਕੀਤੀ ਸੀ ਕਿ ਉਹਦੇ ਖਿਲਾਫ ਇਹ ਜਿਹੜੀ ਐਫ ਆਈ ਆਰ ਹੈ ਉਹ ਝੂਠੀ ਹੈ ਅਤੇ ਇਹਨੂੰ ਖਾਰਜ ਕੀਤਾ ਜਾਵੇ ਅਰਚਨਾ ਨੇ ਇਹ ਚੇਤਾਵਨੀ ਵੀ ਨਾਲ ਦਿੱਤੀ ਸੀ ਕਿ ਜੇਕਰ ਪੁਲਿਸ ਨੇ ਕੇਸ ਭਾਵੇ ਐਫ ਆਈ ਆਰ ਰਾਦਨਾ ਕੀਤੀ ਤਾਂ ਆਪਣੀ ਕਾਨੂੰਨੀ ਟੀਮ ਦੇ ਨਾਲ ਅਦਾਲਤ ਵਿੱਚ ਕਾਨੂੰਨੀ ਲੜਾਈ ਲੜੇਗੀ। ਥਾਣਾ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਹਰਸਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਰਾਤ 10 ਵਜੇ ਤੱਕ ਮੁਲਜ਼ਮ ਲੜਕੀ ਦੀ ਉਡੀਕ ਕਰੇਗੀ। ਇਸ ਤੋਂ ਬਾਅਦ ਇੱਕ ਹੋਰ ਨੋਟਿਸ ਜਾਰੀ ਕੀਤਾ ਜਾਏਗਾ। ਦੱਸਣਾ ਬਣਦਾ ਹੈ ਕਿ 20 ਜੂਨ ਨੂੰ ਅਰਚਨਾ ਮਕਵਾਨਾ ਨੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਕੋਈ ਉਹਦੇ ਅਨੁਸਾਰ ਮੱਥਾ ਟੇਕਿਆ। ਆਗਲੇ ਦਿਨ 21 ਜੂਨ ਨੂੰ ਯੋਗ ਦਿਵਸ ਸੀ ਉਸ ਮੌਕੇ ਅਰਤਨਾ ਦਰਬਾਰ ਸਾਹਿਬ ਮੱਥਾ ਨਹੀਂ ਟੇਕਦੀ ਸਗੋਂ ਪ੍ਰਕਰਮਾਂ ਦੇ ਵਿੱਚ ਯੋਗਾ ਕਰਦੀ ਹੈ ਅਰਤਨਾ ਨੇ ਉਹ ਫੋਟੋਆਂ ਵਾਇਰਲ ਹੋਣ ਤੋਂ ਬਾਅਦ ਫਿਰ ਆਪਣੀ ਵੀਡੀਓ ਦੇ ਵਿੱਚ ਦੋਸ਼ ਲਾਇਆ ਕਿ ਕਿ ਉੱਥੋਂ ਦੀ ਐਸ்சி ਪੀਸੀ ਟਾਸਕ ਫੋਰਸ ਨੇ ਉਸ ਨੂੰ ਅჯਾਹ ਕਰਨ ਤੋਂ ਨਹੀਂ ਰੋਕਿਆ ਸੀ ਜਦੋਂ ਕਿ ਉਸ ਦੀ ਫੋਟੋ ਖਿੱਚਣ ਵਾਲੇ ਲੋਕ ਵੀ ਉਸ ਨੇ ਵੀ ਦਸਤਾਰ ਸਜਾਈ ਹੋਈ ਸੀ ਭਾਬ ਉਹ ਵੀ ਸਿੱਖ ਸਨ ਜੇਕਰ ਅჯਾਹ ਕਰਨਾ ਉੱਥੇ ਗਲਤ ਮੰਨਿਆ ਜਾਂਦਾ ਹੈ ਤਾਂ ਫਿਰ ਉਸ ਵਕਤ ਜਿਹੜਾ ਫੋਟੋ ਖਿੱਚ ਰਿਹਾ ਸੀ ਉਹਨੂੰ ਵੀ ਮਰਿਆਦਾ ਦਾ ਨਹੀਂ ਸੀ ਪਤਾ ਜਾਂ ਕਿਸੇ ਹੋਰ ਨੇ ਵੀ ਉਸਨੂੰ ਨਹੀਂ ਰੋਕਿਆ ਪਰ ਇਹ ਫੋਟੋਆਂ ਵਾਇਰਲ ਹੋਣ ਤੋਂ ਬਾਅਦ ਸ਼ਰੂਮਣੀ ਕਮੇਟੀ ਦੇ ਮੈਨੇਜਰ ਭਗਵੰਤ ਸਿੰਘ ਦੀ ਸ਼ਿਕਾਇਤ ਤੇ ਕੋਤਵਾਲੀ ਪੁਲਿਸ ਨੇ ਅਰਚਨਾ ਦੇ ਖਿਲਾਫ ਬੇਅਦਬੀ ਦੇ ਦੋਸ਼ ਤੇ ਵਿੱਚ ਮੁਕੱਦਮਾ ਦਰਜ ਕੀਤਾ ਸੀ ਦੂਸਰੇ ਪਾਸੇ ਕਾਨੂੰਨੀ ਮਾਹਿਰਾਂ ਦੀ ਜੇ ਮੰਨੀਏ ਕਿ ਹੁਣ ਅਰਚਨਾ ਕੀ ਕਰ ਸਕਦੀ ਹੈ ਕਾਨੂੰਨੀ ਮਾਹਰ ਦੱਸਦੇ ਆ ਕਿ ਅਰਚਨਾ ਪੁਲਿਸ ਦੀ ਕਾਰਵਾਈ ਤੋਂ ਬਚਣ ਲਈ ਸਿੱਧੇ ਸੈਸ਼ਨ ਕੋਰਟ ਤੱਕ ਪਹੁੰਚ ਕਰ ਸਕਦੀ ਹੈ ਗ੍ਰਿਫਤਾਰੀ ਤੋਂ ਬਚਣ ਲਈ ਉਹ ਉਗਾਉ ਜ਼ਮਾਨਤ ਪਟੀਸ਼ਨ ਵੀ ਦਾਇਰ ਕਰ ਸਕਦੀ ਹੈ ਹੁਣ ਗੱਲ ਕਰਦੇ ਹਾਂ ਲਾਡੋਵਾਲ ਟੋਲ ਪਲਾਜ਼ਾ ਦੀ ਇਹਦੇ ਵਿੱਚ ਵੀ ਲਗਾਤਾਰ ਅਪਡੇਟਸ ਮਿਲ ਰਹੀਆਂ ਨੇ ਪੰਜਾਬ ਦਾ ਇਹ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਤੇ ਆਖਰ ਪ੍ਰਦਰਸ਼ਨ ਦੇ 16ਵੇਂ ਦਿਨ ਇਸ ਨੂੰ ਪੂਰਨ ਤੌਰ ਤੇ ਕਿਸਾਨਾਂ ਨੇ ਬੰਦ ਕਰ ਦਿੱਤਾ ਕਿਸਾਨਾਂ ਨੇ ਇਹਦੇ ਨਾਲ ਹੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਨਾਂ ਤੇ ਐਡੀਸੀ ਲੁਧਿਆਣਾ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਜਿਸ ਦੇ ਵਿੱਚ ਉਹਨਾਂ ਵੱਲੋਂ 6 ਮੁੱਖ ਮੰਗਾਂ ਨੇ ਕਿਸਾਨਾਂ ਨੇ ਟੋਲ ਪਲਾਜ਼ੇ ਤੇ ਤਰਪਾਲ ਚੜਾ ਕੇ ਰस्सियां ਨਾਲ ਬੰਨ੍ਹ ਦਿੱਤਾ ਗਿਆ ਦੱਸਣਾ ਬਣਦਾ ਕਿ ਕਿਸਾਨਾਂ ਦੀ ਤਾਲਾਬੰਦੀ ਨੂੰ ਰੋਕਣ ਦੇ ਵਾਸਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਲਾਡੋਵਾਲ ਟੋਲ ਪਲਾਜ਼ਾ ਤੇ ਭਾਰੀ ਗੰੰਤੀ ਦੇ ਵਿੱਚ ਪੁਲਿਸ ਵੱਲ ਤਾਇਨਾਤ ਕੀਤਾ ਹੋਇਆ ਸੀ ਪਰ ਦੂਜੇ ਪਾਸੇ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਲਾਡੋਵਾਲ ਟੋਲ ਪਲਾਜ਼ਾ ਨੂੰ ਬੰਦ ਕਰਨ ਦੀ ਉੜੀ ਕਰਦੀਆਂ ਰਹੀਆਂ ਤੇ ਆਖਰ ਬੰਦ ਕਰ ਦਿੱਤਾ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਇਸ ਤੇ ਟੋਲ ਨੇ ਨਾ ਜਿਹੜੇ ਰੇਟ ਨੇ ਉਹ ਸਭ ਤੋਂ ਮਹਿੰਗੇ ਐ ਇਸ ਧਰਨੇ ਵਿੱਚ ਉਹਨਾਂ ਨੂੰ ਭਾਰਤੀ ਕਿਸਾਨ ਯੂਨੀਅਨ ਦੁਆਬਾ ਦਾ ਵੀ ਭਰਪੂਰ ਸਮਰਥਨ ਮਿਲਿਆ ਹੈ ਅਤੇ ਕਈ ਟੈਕਸੀ ਡਰਾਈਵਰ ਅਤੇ ਯੂਨੀਅਨ ਵਾਲੇ ਵੀ ਉਹਨਾਂ ਨੂੰ ਪੂਰਾ ਸਾਥ ਦਿੱਤਾ ਹੈ ਤੁਹਾਨੂੰ ਯਾਦ ਹੋਣਾ ਹੈ ਕਿ ਇਹਦੇ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਆਪਣੇ ਪ੍ਰੋਗਰਾਮ ਦੇ ਵਿੱਚ ਭਾਵ ਇਸ ਦਿਨ ਦੇ ਪ੍ਰੋਗਰਾਮ ਦੇ ਵਿੱਚ ਆਮ ਲੋਕਾਂ ਨੂੰ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਸੀ ਉਹਨਾਂ ਨੇ ਨੇੜਲੇ ਲੋਕਾਂ ਨੂੰ ਵੀ ਆਖਿਆ ਸੀ ਕਿ ਇਹ ਟੋਲ ਨੂੰ ਬੰਦ ਕਰਵਾਉਣ ਦੇ ਵਿੱਚ ਉਹਨਾਂ ਦਾ ਸਹਿਯੋਗ ਕੀਤਾ ਜਾਵੇ। ਕਿਸਾਨਾਂ ਨੇ ਕਿਹਾ ਸੀ ਕਿ ਕਈ ਵਾਰ ਟੋਲ ਅਧਿਕਾਰੀਆਂ ਅਤੇ NHAI ਨੂੰ ਵੀ ਇਸ ਟੋਲ ਦੀ ਸਮਾਂ ਸੀਮਾ ਦੱਸਣ ਵਾਸਤੇ ਆਖਿਆ ਸੀ। ਪਰ ਕੋਈ ਵੀ ਅਧਿਕਾਰੀ ਨੇ ਉਹਨਾਂ ਨੂੰ ਕੋਈ ਜਵਾਬ ਜਾਂ ਕੋਈ ਦਸਤਾਵੇਜ਼ ਨਹੀਂ ਦਿਖਾਇਆ। ਕਿਉਂਕਿ ਇਸ ਟੋਲ ਦੀ ਮਿਆਦ ਵੀ ਖਤਮ ਹੋ ਗਈ ਹੈ ਪਰ ਲੋਕਾਂ ਤੋਂ ਨਜਾਇਜ਼ ਵਸੂਲੀ ਕੀਤੀ ਜਾ ਰਹੀ ਹੈ। ਪਰ ਕਹਿੰਦੇ ਹੁਣ ਅਸੀਂ ਇਹਨੂੰ ਤਾਲਾ ਜੜ ਦਿੱਤਾ ਹੈ ਤੇ ਇਸ ਟੋਲ ਨੂੰ ਅਸੀਂ ਹਮੇਸ਼ਾ ਵਾਸਤੇ ਬੰਦ ਕਰ ਦਿੱਤਾ ਹੈ ਹੁਣ ਗੱਲ ਕਰਦੇ ਆਂ ਪੰਜਾਬ ਤੇ ਚੰਡੀਗੜ੍ਹ ਦੇ ਸਕੂਲਾਂ ਦੇ ਬਾਬਤ ਅਪਡੇਟ ਦੀ ਪੰਜਾਬ ਅਤੇ ਚੰਡੀਗੜ੍ਹ ਸਮੇਤ ਦੇਸ਼ ਦੇ ਕਈ ਸੂਬਿਆਂ ਦੇ ਵਿੱਚ 1 ਜੁਲਾਈ ਭਾਵ ਅੱਜ ਤੋਂ ਗਰਮੀਆਂ ਦੀਆਂ ਛੁੱਟੀਆਂ ਖਤਮ ਹੋ ਰਹੀਆਂ ਨੇ ਅਤੇ ਸਕੂਲ ਵੀ ਫਿਰ ਖੁੱਲ ਰਹੇ ਨੇ ਇੱਕ ਪਾਸੇ ਇਹ ਵੀ ਚਰਚਾ ਚੱਲਦੀ ਰਹੀ ਕਿ ਸਿੱਖਿਆ ਵਿਭਾਗ ਦੇ ਵੱਲੋਂ ਛੁੱਟੀਆਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਹਾਲਾਂਕਿ ਇਸ ਸੰਬੰਧੀ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਾ ਆ ਸਕੀ ਦੂਜੇ ਪਾਸੇ ਮੌਸਮ ਵਿਭਾਗ ਦੇ ਮੁਤਾਬਕ ਅਗਲੇ ਕੁਝ ਦਿਨ ਪੰਜਾਬ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਠੰਡਾ ਹੋ ਸਕਦਾ ਹੈ ਪਹਿਲਾਂ ਦੇ ਮੁਕਾਬਲੇ ਅਤੇ ਗਰਮੀ ਦੀਆਂ ਛੁੱਟੀਆਂ ਵਧਣ ਦੀ ਸੰਭਾਵਨਾ ਵੀ ਘਟਦੀ ਨਜ਼ਰ ਆ ਰਹੀ ਹੈ ਗਰਮੀ ਦੀਆਂ ਛੁੱਟੀਆਂ 30 ਜੂਨ ਤੱਕ ਸਨ ਭਾਵਤੀ ਜੂਨ ਨੂੰ ਖਤਮ ਹੋ ਗਈਆਂ ਤੇ ਹੁਣ ਤੱਕ ਦੀ ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਸਾਰੇ ਸਕੂਲ ਅੱਜ 1 ਜੁਲਾਈ ਤੋਂ ਆਪਣੇ ਨਿਰਧਾਰਤ ਸਮੇਂ ਉੱਤੇ ਮੁੜ ਖੁੱਲਣਗੇ ਹਾਲਾਂਕਿ ਕਈ ਸਕੂਲਾਂ ਦੇ ਵਿੱਚੋਂ ਬੱਚਿਆਂ ਨੂੰ ਸਕੂਲ ਆਉਣ ਲਈ ਨੋਟੀਫਿਕੇਸ਼ਨ ਵੀ ਭੇਜੇ ਜਾ ਚੁੱਕੇ ਐ ਇਸ ਵਿਚਾਲੇ ਗਰਮੀ ਦੀਆਂ ਛੁੱਟੀਆਂ ਦੇ ਦੌਰਾਨ ਜ਼ਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਦੇ ਵੱਲੋਂ ਇੱਕ ਨੋਟਿਸ ਜਿਹੜਾ ਜਾਰੀ ਕੀਤਾ ਗਿਆ ਉਹ ਵੀ ਸਾਹਮਣੇ ਆਇਆ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਮੁਖੀ ਇਨਚਾਰਜ ਅਤੇ ਹਡਮਾਸਟਰਾਂ ਨੂੰ ਸਕੂਲਾਂ ਦੇ ਵਿੱਚ ਸਫਾਈ ਦਾ ਪ੍ਰਬੰਧ ਕਰਨ ਸਬੰਧੀ ਆਦੇਸ਼ ਦਿੱਤੇ ਗਏ ਨੇ ਜ਼ਿਲ੍ਹਾ ਸਿੱਖਿਆ ਅਫਸਰ ਦੇ ਵੱਲੋਂ ਇਹਨਾਂ ਹੁਕਮਾਂ ਹਦਾਇਤਾਂ ਦੀ ਪਾਲਣਾ ਕਰਨ ਲਈ ਵੀ ਉਹਦੇ ਵਿੱਚ ਲਿਖਿਆ ਹੋਇਆ ਹੈ। ਪੰਜਾਬ ਦੇ ਵਿੱਚ ਮੀਂਹ ਨੂੰ ਲੈ ਕੇ ਐਤਵਾਰ ਨੂੰ orange alert ਜਾਰੀ ਕਰ ਦਿੱਤਾ ਗਿਆ ਸੀ ਅਤੇ ਭਾਰਤੀ ਮੌਸਮ ਵਿਭਾਗ ਨੇ 30 ਜੂਨ ਅਤੇ 1 ਜੁਲਾਈ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ پیشن گوئی ਕੀਤੀ ਸੀ ਅਤੇ ਅਗਲੇ ਵੀ 2-3 ਦਿਨਾਂ ਤੱਕ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਸੀ ਜਿਸ ਦੇ ਨਾਲ ਪੰਜਾਬ ਦੇ ਵਿੱਚ ਪੈ ਰਹੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਦੇ ਵੱਲੋਂ ਜਾਰੀ ਜਾਣਕਾਰੀ ਦੇ ਅਨੁਸਾਰ ਨੌਂ ਜ਼ਿਲ੍ਹੇ ਐ ਜਿਨ੍ਹਾਂ ਦੇ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਮਾਨਸਾ, ਸੰਗਰੂਰ, ਫਤਿਹਗੜ ਸਾਹਿਬ, ਰੂਪਨਗਰ, ਪਟਿਆਲਾ ਅਤੇ ਸਾਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਇਨ੍ਹਾਂ ਵਿੱਚ ਮੀਂਹ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਤੇ ਇੱਥੇ ਭਾਰੀ ਮੀਂਹ ਅਤੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਦਕਿ ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਤੇ ਹੁਣ ਗੱਲ ਕਰਦੇ ਹਾਂ ਵਿਦੇਸ਼ਾਂ ਵਿੱਚ ਜਾਣ ਦੀ ਹੋੜ ਅਤੇ ਵਿਦੇਸ਼ਾਂ ਦੇ ਵਿੱਚ ਕਿਸੇ ਨਾ ਕਿਸੇ ਕਾਰਨ ਉੱਥੇ ਫਿਰ ਕਾਨੂੰਨੀ ਚੱਕਰਾਂ ਦਾ ਪੈਣਾ ਇਹ ਕੋਈ ਖਬਰ ਨਵੀਂ ਨਹੀਂ ਇਸ ਤਰ੍ਹਾਂ ਦੀਆਂ ਖਬਰਾਂ ਤਕਰੀਬਨ ਬਹੁਤ ਸਾਰੇ ਮੁਲਕਾਂ ਤੋਂ ਖਾਸ ਕਰਕੇ ਅਰਬ ਜਗਤ ਤੋਂ ਮਿਲਦੀਆਂ ਨੇ ਇਹ ਵੀ ਖਬਰ ਦੁਬਈ ਤੋਂ ਮਿਲੀ ਹੈ ਜਾਣਕਾਰੀ ਮਿਲੀ ਹੈ ਕਿ ਦੁਬਈ ਦੀ ਜੇਲ੍ਹ ਚ ਪਿਛਲੇ ਡੇਢ ਸਾਲਾਂ ਤੋਂ ਪੰਜਾਬ ਦੇ 17 ਨੌਜਵਾਨ ਫਸੇ ਹੋਏ ਐ ਅਤੇ ਉਹਨਾਂ ਦੇ ਪਰਿਵਾਰਾਂ ਨੇ ਵਿਦੇਸ਼ ਮੰਤਰਾਲੇ ਅਤੇ ਰਾਜ ਸਭਾ ਮੈਂਬਰ ਅਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਪਹੁੰਚ ਕੀਤੀ ਹੈ ਅਤੇ ਇਹਨਾਂ ਨੌਜਵਾਨਾਂ ਨੂੰ ਵਾਪਸ ਲਿਆਉਣ ਵਾਸਤੇ ਗੁਹਾਰ ਲਾਈ ਹੈ। ਨਿਰਮਲ ਕੁੱਟੀਆ ਪਹੁੰਚੇ 14 ਦੇ ਕਰੀਬ ਨੌਜਵਾਨਾਂ ਦੇ ਪਰਿਵਾਰਕ ਮੈਂਬਰ। ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਲਗਭਗ ਪਿਛਲੇ ਡੇਢ ਸਾਲ ਤੋਂ ਉਹ ਪਲ-ਪਲ ਜੀ ਰਹੇ ਅਤੇ ਮਰ ਰਹੇ ਹੈ। ਕਿਉਂਕਿ ਉਹਨਾਂ ਨੂੰ ਆਪਣੇ ਬੱਚਿਆਂ ਦੇ ਕੇਸ ਬਾਰੇ ਕੋਈ ਸਹੀ ਜਾਣਕਾਰੀ ਵੀ ਨਹੀਂ। ਤਰੀਕ ਦਾ ਤਰੀਕ ਅੱਗੇ ਪੈ ਰਿਹਾ ਕੇਸ ਤੇ ਜੇਲ੍ਹ ਦੇ ਵਿੱਚ ਬੰਦ ਨੌਜਵਾਨ ਮਾਨਸਿਕ ਪੀੜਾ ਵੀ ਚੱਲ ਰਹੇ ਹੈ। ਪੀੜਿਤ ਪਰਿਵਾਰਾਂ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਭਰੋਸਾ ਦਿੱਤਾ ਹੈ ਕਿ ਉਹ ਇਹਨਾਂ ਨੌਜਵਾਨਾਂ ਦਾ ਜਿਹੜਾ ਮਾਮਲਾ ਹੈ ਉਹ ਵਿਦੇਸ਼ ਮੰਤਰਾਲੇ ਕੋਲ ਜ਼ੋਰ ਸ਼ੋਰ ਨਾਲ ਅਠਾਉਣਗੇ ਅਤੇ ਉਹਨਾਂ ਦੀ ਹਰ ਸੰਭਵ ਮਦਦ ਵੀ ਕਰਨਗੇ ਦੱਸਣਾ ਬਣਦਾ ਕਿ ਇਹਨਾਂ ਨੌਜਵਾਨਾਂ ਵਿੱਚ ਜਲੰਧਰ ਜ਼ਿਲ੍ਹੇ ਦੇ 6 ਕਪੂਰਥਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਦੇ ਤਿੰਨ-ਤਿੰਨ ਨੌਜਵਾਨ ਗੁਰਦਾਸਪੁਰ ਅੰਮ੍ਰਿਤਸਰ ਅਤੇ ਚੰਡੀਗੜ੍ਹ ਦਾ ਇੱਕ-ਇੱਕ ਨੌਜਵਾਨ ਦੱਸਿਆ ਗਿਆ ਹੈ ਦबई ਵਿੱਚ ਫਸੇ ਗੌਰਵ ਕੁਮਾਰ ਦੇ ਭਰਾ ਰਵੀਕਾਂਤ ਨੇ ਜਾਣਕਾਰੀ ਦਿੱਤੀ ਹੈ ਕਿਰੋ ਜ਼ੀ ਰੋਟੀ ਕਮਾਉਣ ਦੀ ਖਾਤਰ ਗੌਰਵ ਨੂੰ ਇਸ ਗੱਲ ਦਾ ਨਹੀਂ ਪਤਾ ਸੀ ਕਿ ਉੱਥੇ ਹੋਏ ਝਗੜੇ ਵਿੱਚੋਂ ਇਸ ਤਰ੍ਹਾਂ ਫਸ ਜਾਏਗਾ ਰਵੀ ਕਾਂਤ ਨੇ ਦੱਸਿਆ ਕਿ ਉਹਦਾ ਭਰਾ ਬਾਕੀ ਹੋਰ ਨੌਜਵਾਨਾਂ ਨਾਲ ਇਕੱਠੇ ਇੱਕੋ ਹੀ ਕਮਰੇ ਵਿੱਚ ਰਹਿੰਦਾ ਸੀ ਉੱਥੋਂ ਦੀ ਪੁਲਿਸ ਨੇ ਰਾਤ ਸਮੇਂ ਸੁੱਤਿਆਂ ਪਿਆ ਨੂੰ ਫੜਿਆ ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਦੀ ਸਮਰੱਥਾ ਨਹੀਂ ਕਿ ਉਹ ਦबई ਦੇ ਵਿੱਚ ਵਕੀਲ ਕਰ ਸਕਣਾ ਤੇ ਫਿਰ ਉਸ ਕੇਸ ਦੀ ਪੈਰਵੀ ਵੀ ਕਰ ਸਕਣਾ ਇਨਾ ਨੌਜਵਾਨਾਂ ਵਿੱਚ ਫਸੇ ਪਰਜੀਆਂ ਕਲਾਂ ਦੇ ਹਰਪ੍ਰੀਤ ਸਿੰਘ ਦੀ ਭੈਣ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਡੇਢ ਕਮਹੀਨਾ ਪਹਿਲਾਂ ਦੁਬਈ ਤੋਂ ਇੱਕ ਫੋਨ ਆਇਆ ਸੀ ਕਿ ਉਹ ਉਸਤੇ ਭਰਾ ਨੂੰ ਛੁਡਵਾ ਦੇਣਗੇ ਇਸ ਦੇ ਬਦਲੇ 1 ਲੱਖ ਰੁਪਏ ਦੇ ਦਿਓ ਜਦੋਂ ਹਰਪ੍ਰੀਤ ਦੀ ਭੈਣ ਨੇ ਕਿਹਾ ਕਿ ਉਹਨਾਂ ਕੋਲ ਤਾਂ ਇੰਨੇ ਪੈਸੇ ਹੈ ਨਹੀਂ ਤਾਂ ਫੋਨ ਕਰਨ ਵਾਲਿਆਂ ਨੇ ਕਿਹਾ ਕਿ ਚਲੋ ਕੋਈ ਨਹੀਂ ਤੁਸੀਂ 50 ਹਜ਼ਾਰੀ ਦੇ ਦਿਓ ਤੇ ਅਸੀਂ ਤੁਹਾਡੇ ਭਰਾ ਨੂੰ ਛੁਡਵਾ ਦੇਾਂਗੇ ਇਸੇ ਤਰ੍ਹਾਂ ਦੀਪਕ ਇੱਕ ਮੁੰਡਾ ਹੈ ਉਹਦੇ ਪਿਤਾ RAM ਲਭਾਇਆ ਨੇ ਦੱਸਿਆ ਕਿ ਇੱਕ ਤਾਂ ਉਹ ਆਪਣੇ ਪੁੱਤਰ ਦੇ ਫਸ ਜਾਣ ਕਰਨ ਮੁਸ਼ਕਲ ਵਿੱਚ ਨੇ ਮੁਸੀਬਤ ਵਿੱਚ ਨੇ ਤੇ ਦੂਜਾ ਉਹਨਾਂ ਨੂੰ ਅਜਹੀਆਂ ਜਾਲੀ ਫੋਨ ਕਾਲਸ ਵੀ ਆ ਰਹੀਆਂ ਨੇ ਜਿਸ ਦੇ ਵਿੱਚ ਫੋਨ ਕਰਨ ਵਾਲੇ ਦਾਵਾ ਕਰਦੇ ਆ ਕਿ ਤੁਸੀਂ ਪੈਸੇ ਦਿਓ ਤੇ ਅਸੀਂ ਅਸੀਂ ਤੁਹਾਡੇ ਲੜਕੇ ਨੂੰ ਛੁਡਵਾ ਦੇਾਂਗੇ ਉਹਨਾਂ ਨੇ ਕਿਹਾ ਕਿ ਮੁਸੀਬਤ ਦੇ ਵਿੱਚ ਫਸੇ ਪਰਿਵਾਰਾਂ ਤੋਂ ਵੀ ਕਈ ਲੋਕ ਆਪਣਾ ਮੁਨਾਫਾ ਭਾਲ ਰਹੇ ਨੇ ਫਗਵਾੜੇ ਤੋਂ ਆਈ ਹਰਮੇਸ਼ ਲਾਲ ਨੇ ਉੱਥੇ ਜਾਣਕਾਰੀ ਦਿੱਤੀ ਕਿ ਉਹਨਾਂ ਦਾ ਪੁੱਤਰ ਹਰਦੀਪ ਕੁਮਾਰ ਦबई ਵਿੱਚ ਟੂਰਿਸਟ ਵੀਜ਼ੇ ਤੇ ਗਿਆ ਸੀ ਉੱਥੇ ਉਹ ਆਪਣੇ ਦੋਸਤ ਨੂੰ ਮਿਲਣ ਗਿਆ ਜਿੱਥੇ ਪੁਲਿਸ ਵੱਲੋਂ ਰਾਤ ਨੂੰ ਛਾਪਾ ਮਾਰਿਆ ਗਿਆ ਤੇ ਉਹ ਛਾਪੇ ਮਾਰੀ ਵਿੱਚ ਹਰਦੀਪ ਕੁਮਾਰ ਵੀ ਫੜਿਆ ਗਿਆ ਹੁਣ ਇਹ 17 ਨੌਜਵਾਨ ਕਦੋਂ ਆਉਣਗੇ ਕਿਵੇਂ ਆਉਣਗੇ ਇਹਨਾਂ ਤੇ ਕਿਹੜਾ ਕੇਸ ਹੈ ਇਹਨਾਂ ਦੇ ਪਰਿਵਾਰਾਂ ਨੂੰ ਵੀ ਹਾਲੇ ਤੱਕ ਇਹ ਜਾਣਕਾਰੀ ਮੁਕੰਮਲ ਰੂਪ ਵਿੱਚ ਨਹੀਂ ਅਕਸਰ ਪੰਜਾਬ ਦੇ ਵਿੱਚ ਆਖਿਆ ਜਾਂਦਾ ਹੈ ਕਿ ਪੁਲਿਸ ਧੱਕਾ ਕਰਦੀ ਹੈ ਤੇ ਉਹਨਾਂ ਤੇ ਕੇਸ ਵੀ ਝੂਠਾ ਬਣਾ ਦਿੱਤਾ ਕੀ ਵਿਦੇਸ਼ਾਂ ਦੀ ਪੁਲਿਸ ਵੀ ਧੱਕਾ ਕਰਦੀ ਹੈ ਕਿ ਉੱਥੇ ਵੀ ਕੇਸ ਝੂਠੇ ਬਣਦੇ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਦੋਸਤੋ ਇਹ ਸੀ ਕੁਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਕੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਤਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ